ਜਦ ਵੀ ਕਿਸੇ ਇਲਾਕੇ ਦੇ ਵਿੱਚ ਕੋਈ ਵੀ ਨਵੀਂ ਸੜਕ ਬਣਨ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਕਾਫੀ ਖੱਜਲ ਖਰਾਬੀ ਹੁੰਦੀ ਹੈ ਉਸ ਸੜਕ ਤੋਂ ਲੰਘਣ ਵਾਲਿਆਂ ਨੂੰ ਅਤੇ ਖਾਸ ਕਰਕੇ ਉਸ ਇਲਾਕੇ ਵਿੱਚ ਰਹਿਣ ਵਾਲਿਆਂ ਨੂੰ। ਪਰ ਫਿਰ ਵੀ ਇੱਕ ਆਸ ਹੁੰਦੀ ਹੈ ਕਿ ਸੜਕ ਮੁਕੰਮਲ ਹੋਣ ਤੇ ਆਵਾਜਾਈ ਚੰਗੀ ਹੋ ਜਾਵੇਗੀ ਅਤੇ ਇਲਾਕੇ ਦੀ ਸ਼ਾਨ ਹੋਵੇਗੀ। ਕੁਝ ਦੇਰ ਪਹਿਲਾਂ ਮੁਕੰਮਲ ਹੋਈ ਰਾਮ ਤੀਰਥ ਰੋਡ ਜੋ ਕਿ ਡਬਲ ਲੈਨ ਬਣਾਈ ਗਈ ਹੈ, ਲੋਕਾਂ ਨੂੰ ਕਾਫੀ ਸਹੂਲਤ ਮਿਲੀ ਹੈ ਇਸ ਸੜਕ ਦੀ, ਪਰ ਮਾਮੂਲੀ ਜੀ ਅਣਗਹਿਲੀ ਕਾਰਨ ਐਕਸੀਡੈਂਟ ਦੇ ਕਾਰਨ ਬਣਦੇ ਹਨ। ਇਸ ਸੰਬੰਧੀ ਪੇਸ਼ ਹੈ ਫਾਸਟਵੇ ਦੀ ਇੱਕ ਖਾਸ ਰਿਪੋਰਟ। ਜਦ ਕਿਸੇ ਇਲਾਕੇ ਦੇ ਵਿੱਚ ਨਵੀਂ ਸੜਕ ਬਣਦੀ ਹੈ ਤਾਂ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਉਸ ਇਲਾਕੇ ਦੇ ਵਾਸੀਆਂ ਦੇ ਵਿੱਚ, ਉਸ ਸੜਕ ਦੇ ਆਲੇ ਦੁਆਲੇ ਰਹਿਣ ਵਾਲੇ ਅੰਮ੍ਰਿਤਸਰ ਦੇ ਵਾਸੀਆਂ ਦੇ ਵਿੱਚ। ਪਰ ਰਾਮ ਤੀਰਥ ਰੋਡ ਜਿਹੜੀ ਕਿ ਡਬਲ ਬਣਾ ਦਿੱਤੀ ਗਈ ਹੈ ਲੋਕਾਂ ਦੀ ਸਹੂਲਤ ਨੂੰ, ਪਰ ਕੁਛ ਅਲਗਰਜੀ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ। ਜਿਹੜਾ ਹਾਲ ਦੇਖੋ ਸੀਵਰੇਜ ਦੇ ਢੱਕਣਾਂ ਦਾ, ਸੜਕ ਤੋਂ ਕਿੰਨੇ ਕੁ ਉੱਚੇ ਹਨ, ਜਿਹੜੇ ਨੀਵੇਂ ਹਨ ਉਹ ਵੀ ਹਿਲਦੇ ਹਨ। ਰੋਜ਼ ਕੋਈ ਨਾ ਕੋਈ ਵਾਹਨ ਇਹਨਾਂ ਦੀ ਚਪੇਟ 'ਚ ਆ ਜਾਂਦਾ ਹੈ। ਪਤਾ ਨਹੀਂ ਧਿਆਨ ਕਿੱਧਰ ਹੈ ਪ੍ਰਸ਼ਾਸਨ ਦਾ। ਸਾਡੀ ਕੈਮਰਾ ਟੀਮ ਨੇ ਲੋਕਾਂ ਨਾਲ ਗੱਲਬਾਤ ਕੀਤੀ। ਇਹ ਸੀਵਰ ਜਿਹਾ ਬੈਠ ਗਿਆ, ਲਾਗੋ ਦੋ ਪਾਸੇ ਬੈਠ ਗਿਆ ਅਤੇ ਉਹਨਾਂ ਪੂਰਾ ਕੀਤਾ, ਫਿਰ ਬੈਠ ਗਿਆ ਅਤੇ ਹੁਣ ਇੰਨਾ ਉੱਚਾ ਹੋ ਗਿਆ ਹੈ ਵੀ ਗੱਡੀਆਂ ਥੱਲੇ ਵੱਜਦੀਆਂ ਉੜ ਉੜ ਕੇ, ਅਤੇ ਹੋ ਸਕਦਾ ਵੀ ਕੋਈ ਭਾਰੀ ਨੁਕਸਾਨ ਵੀ ਹੋ ਸਕਦਾ ਟਰਾਲਿਆਂ ਬਾਹਰੋਂ ਗੱਡੀਆਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਤਾਂ ਇਹਨਾਂ ਬਾਰੇ ਪਤਾ ਨਹੀਂ। ਚਲੋ ਸਾਨੂੰ ਲੋਕਲਾਂ ਨੂੰ ਤਾਂ ਪਤਾ ਵੀ ਇੱਥੇ ਜੰਮ ਪਿਆ, ਅਸੀਂ ਤਾਂ ਆਪਣਾ ਬਚਾਅ ਕਰਕੇ ਨਿਕਲ ਜਾਂਦੇ ਹਾਂ, ਜਿਹੜੀ ਬਾਹਰਲੀਆਂ ਗੱਡੀਆਂ ਆਉਂਦੀਆਂ ਹੈ ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ। ਤਕਰੀਬਨ ਸਾਰੇ ਜਿੰਨੇ ਵੀ ਸੀਵਰਾਂ ਦੇ ਢੱਕਣ ਉੱਚੇ ਆ ਅਤੇ ਜੰਪ ਲੱਗ ਲੱਗ ਕੇ, ਅਤੇ ਇੱਥੇ ਤਾਂ ਬਹੁਤਾ ਜ਼ਿਆਦਾ ਡੇਢ ਫੁੱਟ ਦਾ ਉੱਚਾ ਹੈ ਜੰਪ। ਜਦੋਂ ਥੱਲੇ ਵੱਜਦੀ ਗੱਡੀ ਘੜੀਸਾਂ ਦੇ ਚੰਗਾਲੇ ਨਿਕਲਦੇ ਆ ਅਤੇ ਇਹ ਬਹੁਤ ਭਾਰੀ ਵੱਡਾ ਨੁਕਸਾਨ ਹੋ ਸਕਦਾ ਹੈ, ਐਕਸੀਡੈਂਟ ਹੋ ਸਕਦਾ ਹੈ। ਫਿਰ ਸਰਕਾਰ ਜਿਹੜੀ ਸੁੱਤੀ ਹੈ ਇਹਦਾ ਤਾਂ ਹੀ ਮਤਲਬ ਕਾਰਪੋਰੇਸ਼ਨ ਦਾ ਤਾਂ ਹੀ ਆਪਣਾ ਖੁੱਲ੍ਹਣਾ ਦਿਮਾਗ ਵੀ ਅਸੀਂ ਇਹਨੂੰ ਪੂਰਾ ਕਰਨਾ, ਇਹ ਜਲਦੀ ਜਲਦੀ ਇਹਦੀ ਮੁਰੰਮਤ ਕੀਤੀ ਜਾਵੇ, ਉਹ 'ਚ ਆਪਣਾ ਬਰਾਬਰ ਕੀਤਾ ਜਾਵੇ, ਜੰਪ ਜਿਹੜਾ ਕੱਢਿਆ ਜਾਵੇ ਜਿਹੜਾ ਆਮ ਆਦਮੀ ਜਿਹੜਾ ਆਰਾਮ ਨਾਲ ਲੰਘ ਸਕੇ। ਸੀਵਰ ਦਾ ਢੱਕਣ ਸੜਕ ਦੇ ਲੈਵਲ ਤੋਂ 1 ਫੁੱਟ ਉੱਚਾ, ਜਿਹੜੀ ਉਹ ਗੱਡੀ ਲੰਘਦੀ ਆ ਉਹ ਥੱਲੇ ਟੱਚ ਕਰਕੇ ਜਾਂਦੀ ਆ, ਉਹ ਇੰਨਾ ਭਾਰੀ ਨੁਕਸਾਨ ਹੋ ਸਕਦਾ, ਐਕਸੀਡੈਂਟ ਵੀ ਇੱਥੇ ਕਈ ਵਾਰੀ ਹੋ ਚੁੱਕਾ। ਇਹਨੂੰ PWD ਨੂੰ ਠੀਕ ਕਰਾ ਲੈਵਲ ਦੇ ਹਿਸਾਬ ਨਾਲ ਠੀਕ ਕਰਾਉਣਾ ਚਾਹੀਦਾ ਤਾਂ ਕਿ ਕਿਸੇ ਦਾ ਐਕਸੀਡੈਂਟ ਹੋ ਨਾ ਸਕੇ ਅਤੇ ਨਾ ਕਿਸੇ ਦੇ ਜਾਨੀ ਨੁਕਸਾਨ ਹੋਵੇ। ਇੱਥੇ ਕਈ ਲੋਕ ਡਿੱਗੇ ਆ, ਐਕਸੀਡੈਂਟ ਵੀ 1-2 ਵਾਰੀ ਹੋ ਚੁੱਕਾ ਇੱਥੇ, ਪਾਇਆ ਦੇ ਲੋਕ ਪਾ ਗਏ ਉਹ ਫਿਰ ਸੜਕ ਦਾ ਲੈਵਲ ਬੈਠ ਗਿਆ, ਸੜਕ ਤੋਂ 1 ਫੁੱਟ ਨੀਚੇ ਆ, ਫਿਰ ਜਿਹੜੀ ਗੱਡੀ ਆਉਂਦੀ ਇੱਥੇ ਜੰਪ ਲੈਂਦੀ ਆ। ਸਰ ਰੋਡ 'ਤੇ ਜਿਹੜੇ ਗੌਸਾਬਾਦ ਲਾਗੇ ਟੋਏ ਵੀ ਅੱਗੇ ਉੱਚੇ ਨੀਵੇਂ ਬੜੇ ਬਣੇ ਆ, ਐਕਸੀਡੈਂਟ ਵੀ ਹੁੰਦੇ ਉੱਥੇ, ਡਿੱਗਦੇ ਵੀ ਲੋਕ ਸਾਰੇ ਰੋਡ 'ਤੇ ਹੀ ਆ ਜੀ। ਇਸ ਲੋਕ ਟੋਏ ਜੰਪ ਬਣੇ ਜਿਹੜੇ ਨੀਵੇਂ ਉੱਚੇ ਨੀਵੇਂ ਆ, ਸੀਵਰ ਬਣੇ, ਹਾਂਜੀ ਹਾਂਜੀ। ਜਦੋਂ ਬੰਦਾ ਸਾਈਡ ਤੋਂ ਗੱਡੀ ਕੱਢਦਾ ਵਾ ਬੰਦਾ ਗੱਡੀ ਪਲਟਣਾ ਵੀ ਡਰਿਆ ਅਤੇ ਕਿਸੇ 'ਚ ਵੱਜਣ ਦਾ ਵੀ ਡਰਿਆ, ਅਤੇ ਕਿਰਪਾ ਕਰਕੇ ਠੀਕ ਕੀਤੇ ਜਾਣ ਆਪਦੀ ਬਹੁਗਾ ਮਿਹਰਬਾਨੀ। ਸੀਵਰ ਸਰ 100 ਫੁੱਟ ਕੁ 1-1.5 ਫੁੱਟ ਉੱਚੇ ਹੋਣਗੇ ਸਾਰੇ। ਲਾਰ ਬੋਏ ਜਿਹੜੇ ਆਪਣੇ ਠੇਕੇਦਾਰ ਕੰਮ ਕਰਦੇ ਉਹਨਾਂ ਹੀ ਲਾ ਲਓ, ਸਰਕਾਰ ਤਾਂ ਪੈਸਾ ਦੇ ਰਹੀ ਆ ਪਰ ਅੱਗੋਂ ਜਿਹੜਾ ਪੈਸਾ ਲੈ ਕੇ ਕੰਮ ਨਹੀਂ ਸਹੀ ਹੋ ਰਿਹਾ। ਬਹੁਤ ਜੀ ਸਾਰਾ ਐਕਸੀਡੈਂਟ ਹੁੰਦੇ ਵੇਖੇ ਆ, ਅੱਗੇ ਗੱਡੀਆਂ ਵੀ ਡਿੱਗਦੇ ਟੋਏ 'ਚ ਡਿੱਗਦੀਆਂ ਵੇਖੀਆਂ ਵਾ, ਅਤੇ ਜੋ ਲੋਕ ਜਾਂਦੇ ਤੇਜ਼ ਮੋਟਰਸਾਈਕਲ 'ਤੇ ਫੁੜ ਕੇ ਜਨਾਨੀਆਂ ਡਿੱਗ ਪੈਂਦੀਆਂ ਮਗਰਲੇ ਪਾਸਿਓਂ। ਸਾਡੇ ਸਾਹਮਣੇ ਆ ਸੀਵਰ ਸੂਰ ਪੁੱਟੇ ਆ, ਕੋਈ ਰਿਪੇਅਰ ਨਹੀਂ ਕਰਨ ਡਿਆ, ਸੀਵਰਾਂ ਢੱਕਣ ਢੁੱਕਣ ਜੇ ਉੱਚੇ ਕੀਤੇ ਇਹਨਾਂ ਨੇ, ਆ 6-6 ਇੰਚੀ ਉੱਚੇ ਹੈਗੇ ਆ, ਸੜਕ ਤੋਂ ਉੱਚੇ ਹੈਗੇ ਆ, ਇੱਥੇ ਐਕਸੀਡੈਂਟ ਹੋਣ ਦਾ ਖਤਰਾ, ਐਕਸੀਡੈਂਟ ਹੁੰਦੇ ਵੀ ਆ, ਅਤੇ ਇੱਥੇ ਕੋਈ ਵੇਖਦਾ ਨਹੀਂ ਆ ਕੇ, ਪ੍ਰਸ਼ਾਸਨ ਸੁੱਤਾ ਆ, ਬਲੇ ਕੋਈ ਧਿਆਨ ਨਹੀਂ ਕਰਦਾ, ਨਾ ਕੰਪਨੀ ਵਾਲੇ ਕਰਦੇ ਆ ਜਿਹਨਾਂ ਸੇਕਾ ਦਿੱਤਾ ਕੰਪਨੀ ਨੂੰ, ਅਤੇ ਨਾ ਹੀ ਪ੍ਰਸ਼ਾਸਨ ਦਿੰਦਾ ਇਹਨੂੰ ਕੋਈ, ਆਉਂਦੇ ਆ ਵੇਖ ਕੇ ਚੱਲ ਜਾਂਦੇ, ਅੱਖਾਂ ਮੀਚ ਕੇ ਨਿਕਲ ਜਾਂਦੇ। ਸੜਕ ਤੋਂ 6 ਇੰਚੀ ਉੱਚੇ ਹੈਗੇ ਜੀ, ਇੱਥੇ ਇੱਕਦਮ ਆਉਂਦਾ ਬੰਦਾ, ਰਾਤ ਹਨੇਰਾ ਹੁੰਦਾ, ਨਾ ਕੋਈ ਲਾਈਟਾਂ ਦਾ ਪ੍ਰਬੰਧ ਹੈਗਾ, ਨਾ ਕੁਛ ਹੈਗਾ, ਅਤੇ ਇੱਥੇ ਡਿੱਗਣ ਨੂੰ ਫਿਰ ਡਿੱਗ ਵੀ ਪੈਂਦੇ, ਕਈ ਬੰਦੇ ਡਿੱਗਦੇ ਇੱਥੇ, ਕਈਆਂ ਸਿਰ ਪੱਟ ਹੈਗੇ, ਕਈਆਂ ਦਾ ਹਸਪਤਾਲ ਛੱਡ ਕੇ ਆਉਂਦੇ ਹਾਂ, ਇਹ ਤੁਹਾਡੀ ਦੁਕਾਨਾਂ ਹੈਗੀਆਂ ਲਾਗੇ, ਸਾਨੂੰ ਚੁੱਕਣਾ ਪੈਂਦਾ ਆਣ ਕੇ, ਵਾਰ ਵਾਰ ਚੁੱਕਣਾ ਪੈਂਦਾ ਇਹਨਾਂ ਨੂੰ। ਅਸੀਂ ਇਹੋ ਚਾਹੁੰਦੇ ਹਾਂ ਜੀ ਪ੍ਰਸ਼ਾਸਨ ਨੂੰ, ਇਹੋ ਚਾਹੁੰਦੇ ਹਾਂ ਵੀ ਬਸ ਇਹਨੂੰ ਸਹੀ ਕੀਤਾ ਜਾਵੇ, ਇਹਨੂੰ ਸੀਵਰ ਨੀਵਾਂ ਕੀਤਾ ਜਾਵੇ, ਆ ਸੜਕ ਜਿਹੜੀ ਟੁੱਟੀਆਂ ਭੱਜੀਆਂ ਜਿੱਦਾਂ ਸੀਵਰ ਪਾਏ ਦੁਬਾਰਾ ਇਹਨੇ ਕ੍ਰੋਸ ਪਾਏ ਆ,
ਇਹਨੂੰ ਸਹੀ ਕੀਤਾ ਜਾਵੇ ਤਰੀਕੇ ਨਾਲ ਸਹੀ ਕੀਤਾ ਹੈ। ਮਾਲ ਬਾਈਪਾਸ ਤੱਕ ਜਿੰਨੇ ਵੀ ਸੀਵਰਾਜਾਂ ਦੇ ਢੱਕਣੇ ਆ ਨਾ ਕੱਟ ਛੱਡੇ ਆ, ਉਹ ਅੱਧਾ ਅੱਧਾ ਫੁੱਟ ਉੱਚੇ ਨੇ। ਉਹ ਜੇ ਕੋਈ ਕਰੋਸਿੰਗ ਕਰਦਾ ਕਿਸੇ ਦੀ ਗੱਡੀ ਥੱਲੇ ਲੱਗ ਜਾਂਦੀ ਹੈ, ਕਿਸੇ ਦਾ ਕੁਛ ਵੀ ਐਕਸੀਡੈਂਟ ਹੋਣ ਦਾ ਖਤਰਾ, ਕਈ ਵਾਰੀ ਕਈ ਬੱਚੇ ਡਿੱਗ ਵੀ ਪੈਂਦੇ ਨੇ। ਜੇ ਸੜਕ ਆ, ਸੜਕ ਜਿੱਥੋਂ ਇਹਨਾਂ ਨੇ ਤੋੜੀ ਭੰਨੀ ਆ ਉਹਨੂੰ ਕੋਈ ਰਿਪੇਅਰ ਨਹੀਂ ਕਰਦਾ। ਬਾਕੀ ਆ ਸੜਕ ਦੀ ਰਿਪੇਅਰ ਕੀਤੀ ਜਾਵੇ, ਲੋਕਾਂ ਨੂੰ ਮਤਲਬ ਕਿ ਵੀ ਡਿੱਗਣ ਤੋਂ ਬਚਾਅ ਹੋ ਸਕੇ। ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪਾਸ ਕੀਤਾ, ਜਦੋਂ ਇਹਦਾ ਐਸਟੀਮੇਟ ਲਿਆ, ਉਹਦਾ ਲੈਵਲ ਮੇਨਟੇਨ ਕੀਤਾ ਕਿ ਕਿੱਥੋਂ ਸੀਵਰੇਜ ਬਣਨਾ ਚਾਹੀਦਾ, ਕਿੱਥੋਂ ਪਾਣੀ ਦੀ ਸਪਲਾਈ ਆਉਣੀ ਆ, ਔਰ ਕਿੰਨਾ ਗਰਾਊਂਡ ਦਾ ਜਿਹੜਾ ਸੜਕ ਦਾ ਲੈਵਲ ਹੋਣਾ ਚਾਹੀਦਾ। ਇਹ ਪ੍ਰਸ਼ਾਸਨ ਦੀ ਵੀ ਇਹਦੇ 'ਚ ਬੇਵਕੂਫੀ ਕਹਿ ਸਕਦੇ ਹਾਂ। ਜਦੋਂ ਸੜਕ ਦਾ ਬੈਲੈਂਸ ਹੀ ਨਹੀਂ ਹੋਏਗਾ, ਟ੍ਰੈਫਿਕ ਦੀ ਗੱਡੀ ਜਿਹੜੀ ਆ, ਜਿਹੜਾ ਵੀ ਵਹੀਕਲ ਆ, ਉਹਦੀ ਆਪਣੀ ਰਫ਼ਤਾਰ ਜਿਹੜੀ ਆ ਉਹ ਵੱਧਦੀ ਘੱਟਦੀ ਜਾਏਗੀ, ਅਤੇ ਹਰ ਬੰਦਾ ਜਿਹੜਾ ਉਹ ਬ੍ਰੇਕਾਂ ਮਾਰੇਗਾ, ਖੱਬੇ ਮੁੜੇਗਾ, ਸੱਜੇ ਮੁੜੇਗਾ, ਅਤੇ ਐਕਸੀਡੈਂਟ ਜ਼ੋਨ ਆਪਣੇ ਆਪ ਹੀ ਬਣਦੀ ਰਹੇਗੀ। ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ, ਉਹਦੇ 'ਤੇ ਜ਼ਰੂਰੀ ਆ। ਉਹ ਪਹਿਲਾ ਪੱਖ ਆ ਉਹਦਾ ਕਿ ਉਹਨੇ ਉਹ ਜਦੋਂ ਕੰਟਰੈਕਟ ਲਿਆ ਆ, ਉਦੋਂ ਜਦੋਂ ਉਹਨੇ ਸਾਈਨ ਕੀਤਾ ਤਾਂ ਉਹਨੇ ਕੀ ਸੋਚ ਕੇ ਕੀਤਾ ਕਿ ਕੀ ਲੈਵਲ ਦੇ ਉੱਤੇ ਮੈਂ ਆਪਣੇ ਇਸ ਏਰੀਏ 'ਤੇ ਜਿੱਥੇ ਮੈਂ ਸੀਵਰੇਜ ਪਾ ਰਿਹਾ, ਇਹਨਾਂ ਦਾ ਲੈਵਲ ਕਿੱਥੇ ਰਹਿਣ ਦਾ। ਸਵਾਲ ਇਹ ਨਹੀਂ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ, ਕਿਹੜੇ ਮਹਿਕਮੇ ਦੀ ਜ਼ਿੰਮੇਵਾਰੀ ਹੈ। ਸਵਾਲ ਇਹ ਜਿਹੜੇ ਲੋਕਾਂ ਦੇ ਨਾਲ ਇੱਥੇ ਦੁਰਘਟਨਾ ਵਾਪਰਦੀ ਹੈ, ਉਹਨਾਂ ਨੂੰ ਜਵਾਬਦੇਹ ਕੌਣ ਹੈ। ਸਾਡਾ ਇਹ ਖਬਰ ਦਿਖਾਉਣ ਦਾ ਮਕਸਦ ਇੱਕੋ ਹੀ ਹੈ, ਸੰਬੰਧਿਤ ਵਿਭਾਗ ਜਾਗਣ, ਜਲਦੀ ਤੋਂ ਜਲਦੀ ਇਹਨਾਂ ਸੀਵਰੇਜ ਦੇ ਢੱਕਣਾਂ ਨੂੰ ਸਹੀ ਕਰਾਇਆ ਜਾਏ ਤਾਂ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਵੀ ਦੁਰਘਟਨਾ ਨਾ ਵਾਪਰੇ। ਕੈਮਰਾਮੈਨ ਰਾਕੇਸ਼ ਕੁਮਾਰ ਦੇ ਨਾਲ ਫਾਸਟ ਨਿਊਜ਼ ਲਈ ਨੀਟਾ ਸਿੰਘ।